ਆਓ ਸੰਗਤ ਜੀ ਹੁਣ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸੱਚੇ ਪਾਤਸ਼ਾਹ ਜੀ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਸਾਡੀ ਇਹ ਅਰਦਾਸ ਹੈ। ਗਰੀਬ ਨਿਵਾਜ ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ। ਪਾਤਸ਼ਾਹ, ਬੱਚੇ ਸਾਡੇ ਵਿਦੇਸ਼ਾਂ ਵਿੱਚ ਨੇ, ਉਹਨਾਂ ਦੀਆਂ ਵੀ ਚਿੰਤਾਵਾਂ ਨੇ। ਇੱਥੇ ਬੈਠੇ ਹਾਂ, ਸਾਡੇ ਘਰ ਦੀਆਂ ਵੀ ਜੋ ਜ਼ਰੂਰਤਾਂ ਹਨ ਸਭ ਤੁਸੀਂ ਅੱਜ ਝੋਲੀ ਭਰ ਦਿਓ ਮਹਾਰਾਜ ਜੀ। ਜੋ ਵੀ ਚਿੰਤਾਵਾਂ ਹਨ, ਜੋ ਵੀ ਇੱਛਾਵਾਂ ਹਨ, ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੇ ਸੋਢੀ ਪਾਤਸ਼ਾਹ, ਆਪ ਰਹਿਮਤ ਦੇ ਘਰ ਵਿੱਚ ਆ ਕੇ ਸਰਬ ਤਰ੍ਹਾਂ ਕਰਕੇ ਮੇਰਾ ਵਰਤਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਓ, ਆਪਾਂ ਮਿਲ ਕੇ ਬੇਨਤੀ ਕਰੀਏ ਜੀ। ਸ੍ਰੀ ਵਾਹੇ ਗੁਰੂ ਗੁਰੂ ਜੀ, ਕਹੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ, ਸਭ ਤੇਰੀ ਵਡਿਆਈ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ, ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ, ਸਤਿਗੁਰ ਹੋਏ ਦਿਆਲ ਤਾਂ ਨਵਨਿਤ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ, ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਸ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ, ਸੁਖ ਨਾਮ ਹਰ ਸੋਭਾ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਸੂਜੈ ਦੂਜੀ ਠਾਰ, ਅਵਰ ਨ ਸੂਜੈ ਦੂਜੀ ਠਾਰ, ਹਾਲ ਪਰਿਓ ਤੋਂ ਦਾਰੀ, ਹਾਲ ਪਰ ਛੋਟ ਅਲੇਖ ਛੂ
छोड़ अलेख छूटे हम निर्गुण ले हो बारी हम निर्गुण ले हो बारी हम निर्गुण ले हो बारी सतगुरु आयो शरण तुहारे सतगुरु मिले सुख ना हर सोबा चिंता लाहे हमारी सतगुरु आयो शरण तुहारे सतगुरु आयो शरण तुहारे सदबख्शन सदा मेहरबाना सदबख्शिंद सदा मेहरबाना सबना दे अदारी सबना नानक दास संत पाचै परे ओ नानक दास संत पाचै परे ओ नानक दास संत पाचै 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 परे ओ नानक दास संत चिंता लाहे हमारी सतगुरु आयो शरण तुहारी सतगुरु आयो सतगुरु आयो सतगुरु आयो शरण तुहारी एक बारी सारी संगत प्यार नाल बोलो जी सतनाम श्री
ਜੋ ਅਗਲਾ ਸ਼ਬਦ ਆਪਾਂ ਸ਼ਰਨ ਕਰਨ ਲੱਗੇ ਹਾਂ ਉਹ ਵੀ ਸ਼ੁਕਰਾਨੇ ਦਾ ਸ਼ਬਦ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਬੋਲਿਓ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਜਿਸ ਸਤਿਗੁਰ ਜੀ ਨੇ ਪੈਜ ਰੱਖੀ ਹੈ। ਸੇਵਕ ਅਰਦਾਸ ਕਰਾਉਂਦਾ ਮਹਾਂਪੁਰਸ਼ਾਂ ਕੋਲ ਔਰ ਮਹਾਂਪੁਰਖ ਅਰਦਾਸ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ। ਫਿਰ ਮਹਾਰਾਜ ਜੀ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਕੋਈ ਜਨ ਬਣ ਕੇ ਮਹਾਂਪੁਰਖ ਅਰਦਾਸ ਕਰਦੇ ਨੇ ਗੁਰੂ ਕਾ ਸਿੱਖ ਆਪ ਅਰਦਾਸ ਕਰੇ ਭਾਵਨਾ ਨਾਲ ਅਰਦਾਸ ਕਰੇ ਫਿਰ ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ ਤੇ ਜਿੰਨੇ ਅਰਦਾਸ ਸੁਣੀ ਹੈ ਉਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਉਹ ਬੈਠਾ ਸੋਢੀ ਪਾਤਸ਼ਾਹ ਹੈ ਜਿਹੜਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਸਾਹਿਬਾਂ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਜਿਨ ਕੱਲ ਰਾਖੀ ਮੇਰੀ ਜਿਨ ਕੱਲ ਰਾਖੀ ਮੇਰੀ ਜਿਨ ਕੱਲ ਰਾਖੀ ਸਭ ਤੇ ਵੱਡਾ
जिन कल राखी मेरी, जिन कल राखी मेरी, सब ते बड़ा सतगुर नानक, जिन कल राखी मेरी, सब ते बड़ा सतगुर नानक, जिन कल राखी मेरी, जिन कल राखी मेरी, जिन कल राखी मेरी। एक बारी सारी संगत प्यार नाल बोलो जी, सतनाम श्री वाहेगुरु। सब ते बड़ा सतगुर नानक, जिन कल राखी मेरी, ज्ञान ध्यान किछ कर्म न जाना, सार न जाना तेरी, अत उचाता का दरबारा, अंत नहीं किछ पारा वारा, अंत नहीं किछ पारा वारा, तेरे कवन कवन गुण कह कह गावा, तू साहेब गुणी निदाना, तुमरी महिमा वर्ण ना सको, ठाकुर ऊच भगवाना, सब ते बड़ा सतगुर नानक, सतगुर बड़ा कर सलाही है, जिस विच बड़िया बड़ियाया, सह मेले त नदरी आईया, जात सपाणा त मन वसाइया, कर हुकम मस्तक हथ धर, विचों मार कढ़िया बुरियाइया, सह दुख है नौ निद पाइया, सब ते बड़ा सतगुर नानक, हौ आया दूरों चल के, मैं तकी तो सरनाए जियो, आसा रखी चित में, मेरा सबो दुख गवाए जियो, हर अंतर जामी सब विद जाने, सब ते बड़ा सतगुर नानक, सब विद जाने, हर अंतर जामी सब विद जाने, ता किस पह आख सुनाई है, कथन न पी जय गोविंद, हर भावे पैज खाइए, अवर ओट में सगली देखी, सब ते बड़ा सतगुर नानक, अवर ओट में सगली देखी, इक तेरी ओट रहाइए, बैठा सोटी पातशाह, इक तेरी ओट रहाई है, चली पीड़ी सोटियां, रूप दिखावन बारों बारी, तल पंजन दुर सूरमा, पट जोदा बहु परी उपकारी, सब ते बड़ा सतगुर नानक, जोत ऊहा जुगत साए, सहकाया फेर पलटिए, सगल द्वार को छाड़ के,
ਰਹਿਓ ਤੁਹਾਰੋ ਪਾਰ ਬਾਹੀ ਕਹੇ ਵੀ ਲਾਜ ਅਸ ਗੋਬਿੰਦ ਦਾਸ ਦਾਸ ਬਣ ਕੇ ਤੇਰੇ ਚਰਨਾਂ ਵਿੱਚ ਆਏ ਹਾਂ ਕਿਉਂਕਿ ਤੂੰ ਸਭ ਤੋਂ ਵੱਡਾ ਹੈ। ਤੇਰੇ ਦਰ ਤੋਂ ਵੱਡਾ ਦੁਨੀਆਂ ਦਾ ਕੋਈ ਦਰ ਨਹੀਂ ਹੈ। ਡਿੱਠੇ ਸੱਭੇ ਥਾਮ ਨਹੀਂ ਤੁਧਜੇ ਹੇ ਸੋਡੀ ਪ੍ਰੀਤਮ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਉਹ ਦਰਬਾਰ ਹੈ, ਇਹ ਉਹ ਦਰ ਹੈ ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਤਤਕਾਲ ਵਿੱਚ ਸੁਣਦਾ। ਤਤਕਾਲ ਵਿੱਚ ਪਹਿਲਾਂ ਕਰਮਾਂ ਵਿੱਚ ਨਹੀਂ ਸੀ ਲਿਖਿਆ, ਅਰਦਾਸ ਕਰਕੇ ਮੰਗ ਵੀ ਨਹੀਂ ਸਕੇ, ਪਰ ਐਟ ਏ ਟਾਈਮ ਜ਼ਰੂਰਤ ਪੈ ਗਈ। ਮਹਾਰਾਜ ਜੀ ਕਹਿੰਦੇ ਨੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ। ਤਤਕਾਲ ਫੈਸਿਲਿਟੀ ਹੁੰਦੀ ਹੈ ਨਾ, ਟ੍ਰੇਨ ਦੀ ਟਿਕਟ ਦੀ ਪਹਿਲਾਂ ਕਰਾਉਣੀ ਯਾਦ ਨਹੀਂ ਰਹੀ, ਹਜ਼ੂਰ ਸਾਹਿਬ ਜਾਣਾ ਹੈ, ਪਲੇਨ ਦੀ ਟਿਕਟ ਚਾਹੀਏ, ਤਤਕਾਲ ਵਿੱਚ ਫੈਸਿਲਿਟੀ ਹੈ। ਮਹਾਰਾਜ ਜੀ ਜ਼ਰੂਰਤ ਸੀ, ਘਰ ਵਿੱਚ ਪੁੱਤ ਚਾਹੀਦਾ, ਵਿਦੇਸ਼ਾਂ ਵਿੱਚ ਕਾਰੋਬਾਰ ਚਾਹੀਦੇ ਨੇ, ਤੇਰਾ ਨਾਮ ਚਾਹੀਦਾ। ਮਹਾਰਾਜ ਕਹਿੰਦੇ ਨੇ ਅੱਖ ਚਮਕਣ ਵਿੱਚ ਦੇਰੀ ਲੱਗ ਸਕਦੀ ਹੈ, ਗੁਰੂ ਦੇ ਬਖਸ਼ਣ ਵਿੱਚ ਨਹੀਂ ਦੇਰੀ ਲੱਗਦੀ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਰ ਕਹਿੰਦੇ ਨੇ ਹੱਥ ਨੂੰ, ਹੱਥ ਦੀ ਤਲੀ ਦੇ ਉੱਤੇ ਸਾਰੇ ਖਜ਼ਾਨੇ ਰੱਖ ਕੇ ਮੇਰਾ ਗੁਰੂ ਬੈਠਾ ਹੈ। ਕਹਿੰਦਾ ਕਿਤੇ ਸਿੱਖ ਮੇਰੇ ਤੋਂ ਮੰਗੇ, ਮੈਂ ਦਾਤ ਨੂੰ ਚੱਕਣ ਲੱਗਾ, ਉਹਨੇ ਚਿਰ ਨੂੰ ਸਿੱਖ ਦਾ ਫੁਰਨਾ ਹੀ ਨਾ ਬਦਲ ਜਾਵੇ। ਜਦੋਂ ਮੰਗੇ ਤਤਕਾਲ ਹੋਇਆ ਵੇ ਨਾਲ ਦੀ ਨਾਲ। ਪਰ ਜਿੰਨੀਆਂ ਮਹਾਰਾਜ ਦਾਤਾਂ ਦੇਣ, ਸਿੱਖ ਦਾ ਫਰਜ਼ ਹੈ ਉਹਦਾ ਸ਼ੁਕਰਾਨਾ ਕਰੇ, ਸ਼ੁਕਰਾਨਾ ਕਰੇ। ਇੱਕ ਦਾਤ ਮਿਲ ਗਈ, ਮਾਲਕ ਦਾ ਸ਼ੁਕਰਾਨਾ, ਮਾਲਕ ਦਾ ਸ਼ੁਕਰਾਨਾ। ਜਿੰਨਾ ਰੱਬ ਜੀ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਨਾ ਪਿਆਰਿਓ, ਮਹਾਰਾਜ ਜੀ ਕਹਿੰਦੇ ਨੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਹੈ। ਉਹ ਤੂੰ ਚਾਰ ਗੁਣਾ ਵੀ ਵੱਧ ਦਾਤਾਂ ਦਏਗਾ ਜਿੰਨਾ ਰੱਬ ਜੀ ਦਾ ਥੈਂਕਸ ਕਰੇਗਾ। ਸੁਣਿਓ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੋਹਣਿਆਂ ਦੇ ਸੁਲਤਾਨ, ਸੋਢੀ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਗੁਰੂ ਨਾਨਕ ਦੀ ਛੇਵੀਂ ਜੋਤ। ਤਤਕਾਲ ਹੋਇਆ ਵੈ ਐ ਬਚਨ। ਇੱਕ ਮਾਤਾ ਆਈ ਮਹਾਰਾਜ ਜੀ ਦੇ ਚਰਨਾਂ ਵਿੱਚ, ਕਹਿੰਦੀ ਸੱਚੇ ਪਾਤਸ਼ਾਹ ਪੁੱਤਰ ਚਾਹੀਦਾ। ਬਿਰਧ ਮਾਤਾ ਕਹਿੰਦੀ ਪੁੱਤਰ ਚਾਹੀਦਾ, ਮਹਾਰਾਜ ਜੀ ਕਰੋ ਮਿਹਰ। ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਅੰਤਰ ਧਿਆਨ ਹੋ ਕੇ ਦੇਖਿਆ, ਕਹਿੰਦੇ ਇੰਨੀ ਉਮਰ ਹੋ ਗਈ ਹੈ ਅਜੇ ਪੁੱਤ ਨਹੀਂ ਮਿਲਿਆ, ਤੇਰੇ ਕਰਮਾਂ 'ਚ ਹੈ। ਕਹਿ ਦਿਓ ਸਤਨਾਮ ਸ੍ਰੀ। ਕਹਿੰਦੇ ਮਾਈ ਹੈ ਨੀ ਤੇਰੇ ਕਰਮਾਂ 'ਚ। ਉਹ ਨਿਰਾਸ਼ ਹੋ ਕੇ ਤੇ ਰੋਂਦੀ ਰੋਂਦੀ ਸੰਗਤ ਵਿੱਚੋਂ ਬਾਹਰ ਚਲੀ ਗਈ। ਰੋਂਦੀ ਜਾ ਰਹੀ ਹੈ ਸੰਗਤ ਵਿੱਚੋਂ ਬਾਹਰ। ਅੱਗੇ ਮਿਲ ਗਏ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ। ਕਹਿੰਦੇ ਮਾਈ ਗੁਰੂ ਨਾਨਕ ਦੇ ਦਰ ਤੋਂ ਤੇ ਸਾਰੇ ਹੱਸਦੇ ਆਉਂਦੇ ਨੇ, ਤੂੰ ਰੋਂਦੀ ਆ ਰਹੀ ਹੈ। ਕਹਿੰਦੇ ਬਾਬਾ ਜੀ ਕੀ ਦੱਸਾਂ, ਮੈਂ ਬੜੀ ਆਸ ਕਰਕੇ ਆਈ ਸਾਂ, ਮੈਂ ਸੁਣਿਆ ਸੀ ਸਾਰੇ ਦਰਾਂ ਤੋਂ ਵੱਡਾ ਗੁਰੂ ਨਾਨਕ ਦਾ ਦਰ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਬੜੇ ਦਰਾਂ ਤੇ ਜਾ ਜਾ ਕੇ ਮੈਂ ਅਰਦਾਸਾਂ ਕੀਤੀਆਂ, ਬੜੇ ਬੜੇ ਥਾਵਾਂ ਤੇ ਸੁੱਖਣਾ ਸੁੱਖੀਆਂ। ਸਿੱਖਾਂ ਵਿੱਚ ਸੁੱਖਣਾ ਸੁੱਖਣੀ ਹੈ ਨਹੀਂ ਵੈਸੇ, ਕਹਿੰਦੀ ਪਰ ਮੈਂ ਬਹੁਤ ਥਾਵਾਂ ਤੇ ਅਰਦਾਸਾਂ ਬੇਨਤੀਆਂ ਕੀਤੀਆਂ, ਮੇਰੀ ਕੀਤੀਆਂ ਝੋਲੀ ਨਹੀਂ ਭਰੀ ਗਈ। ਮੈਨੂੰ ਕਿਸੇ ਦੱਸਿਆ ਗੁਰੂ ਨਾਨਕ ਦਾ ਦਰ ਹੈ, ਛੇਵੇਂ ਪਾਤਸ਼ਾਹ ਨੇ ਜਾ ਕੇ ਅਰਦਾਸ ਕਰਾ ਲਿਆ, ਤੇ ਮੈਨੂੰ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਵੀ ਤੇਰੇ ਕਰਮਾਂ 'ਚ ਹੈ ਨਹੀਂ, ਤੇ ਉਹ ਐਨ ਸੱਖਣੀ ਜਾਣਾ ਪੁੱਤ ਤੋਂ ਬਿਨਾਂ। ਤੇ ਬਾਬਾ ਮੈਂ ਹੱਸਦੀ ਹਾਂ। ਸੁਣਿਓ ਫਿਰ ਮਿਲ ਜੇ ਵਿਚੋਲਾ ਪੂਰਾ, ਦਾਤਾਂ ਮਿਲ ਜਾਂਦੀਆਂ ਨੇ। ਫਿਰ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਈ ਕੱਲ ਨੂੰ ਇੱਕ ਕਲਮ ਤੇ ਇੱਕ ਦਵਾਤ ਲੈ ਕੇ ਚਲੀ ਜਾਈ। ਜਦੋਂ ਛੇਵੇਂ ਪਾਤਸ਼ਾਹ ਬਾਹਰ ਦਰਬਾਰ ਵਿੱਚ ਬੈਠੇ ਹੋਣਗੇ ਜਾਂ ਜਾਂਦੇ ਹੋਣਗੇ ਦਰਬਾਰ ਵਿੱਚੋਂ, ਤੇ ਜਾ ਕੇ ਉਦੋਂ ਬੇਨਤੀ ਕਰਦੀ, ਪਰ ਬੇਨਤੀ ਐਂ ਕਰੀ ਜਿਵੇਂ ਤੈਨੂੰ ਹੁਣ ਦੱਸਿਆ ਹੈ, ਬਿਰਥੀ ਕਦੇ ਨਾ ਹੋ ਬਈ ਜਾਨਕੀ, ਐਂ ਕਰੀ ਬੇਨਤੀ ਭਰੋਸੇ ਨਾਲ। ਛੇਵੇਂ ਪਾਤਸ਼ਾਹ ਨਿਕਲੇ ਮਹਿਲਾਂ ਵਿੱਚੋਂ ਘੋੜੇ ਤੇ ਬਿਰਾਜਮਾਨ ਨੇ, ਤੇ ਉਹ ਮਾਈ ਸਾਹਮਣੇ ਖੜੀ ਹੋ ਗਈ। ਸੇਵਾਦਾਰ ਐਂ ਕਰਦੇ ਨੇ, ਪਰ ਉਹ ਉੱਚੀ ਉੱਚੀ ਰੋਈ ਜਾ ਰਹੀ, ਕਹਿੰਦੀ ਮੈਨੂੰ ਮਹਾਰਾਜ ਦੇ ਦਰਸ਼ਨ ਕਰ ਲੈਣ ਦਿਓ।
ਸਤਿਗੁਰਾਂ ਨੇ ਘੋੜੇ ਤੇ ਚੜਿਆ ਦੇਖ ਲਿਆ ਕਹਿੰਦੇ ਤਾਂ ਉਹੀ ਮਾਈ ਹੈ ਕਹਿੰਦੇ ਆਉਣ ਦੋ ਅੱਗੇ ਕਹਿੰਦੇ ਮਾਈ ਤੂੰ ਕੱਲ ਵੀ ਆਈ ਸੈਂ ਹਾਂ ਸੱਚੇ ਪਾਤਸ਼ਾਹ ਕੱਲ ਵੀ ਆਈ ਸਾਂ ਤੇ ਤੈਨੂੰ ਦੱਸ ਤੇ ਦਿੱਤਾ ਵੀ ਤੇਰੇ ਭਾਗਾਂ ਚ ਹੀ ਹੈ ਨਹੀਂ ਕਹਿੰਦੀ ਮਹਾਰਾਜ ਮੈਂ ਸੁਣ ਲਿਆ ਭਾਗਾਂ ਚ ਹੈ ਨਹੀਂ ਆ ਕਲਮ ਪਕੜਿਓ ਤੇ ਕਾਗਜ਼ ਪਕੜਿਓ ਮਾੜਾ ਜਿਹਾ ਸਤਿਗੁਰਾਂ ਨੇ ਕਾਗਜ਼ ਪਕੜਿਆ ਮਾਈ ਕਹਿੰਦੀ ਸੱਚੇ ਪਾਤਸ਼ਾਹ ਪਹਿਲਾਂ ਵੀ ਤੂੰ ਹੀ ਲਿਖਣਾ ਸੀ ਹੁਣ ਵੀ ਤੂੰ ਹੀ ਲਿਖਣਾ ਹੈ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ ਕਿਰਪਾ ਕਰਕੇ ਸਤਿਗੁਰੂ ਮੁਸਕਰਾ ਪੈ ਕਹਿੰਦੇ ਮਾਤਾ ਤੇਰੇ ਭਾਗਾਂ ਚ ਤੇ ਹੈ ਨਹੀਂ ਸੀ ਪਰ ਜਿਹਨੇ ਤੈਨੂੰ ਭੇਜਿਆ ਨਾ ਉਹ ਪੂਰੇ ਦਾ ਉਹ ਪੂਰਾ ਹੈ ਉਹ ਪੂਰੀ ਭਾਵਨਾ ਵਾਲਾ ਹੈ ਉਸ ਦੇ ਬੋਲਾਂ ਦੀ ਬਦੌਲਤ ਸਾਧੂ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਉਹਦੇ ਸਹਿਜ ਸੁਭਾਅ ਉਹਦੇ ਫੁਰਨੇ ਵਿੱਚ ਆ ਗਿਆ ਵੀ ਤੈਨੂੰ ਦੇਣਾ ਹੈ ਲਿਆ ਫਿਰ ਮਾਈ ਫਿਰ ਸਤਿਗੁਰੂ ਕਹਿੰਦੇ ਵੀ ਚੱਲ ਹੁਣ ਮੰਗਣ ਹੀ ਆਈ ਤੇ ਇੱਕ ਕੀ ਦੇਣਾ ਇੱਕ ਦਾ ਸਾਤ ਹੀ ਬਣਾ ਦਿੱਤਾ ਉਹ ਮਾਤਾ ਦੇ ਘਰੇ ਮਹਾਰਾਜ ਨੇ ਫਿਰ ਸੱਤ ਪੁੱਤਰਾਂ ਦੀ ਦਾਤ ਦਿੱਤੀ ਮਹਾਂਪੁਰਖ ਅਰਦਾਸ ਕਰਦੇ ਨੇ ਮਹਾਂਪੁਰਖ ਅਰਦਾਸ ਕਰਦੇ ਨੇ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾਂ ਸੰਤਾਂ ਦਾ ਮਹਾਂਪੁਰਖ ਜੋਦੜੀ ਕਰਦੇ ਨੇ ਕਿਸੇ ਵਾਸਤੇ ਸੱਚੇ ਪਾਤਸ਼ਾਹ ਤੇਰੇ ਦਰ ਦੇ ਮੰਗਤੇ ਬਣ ਕੇ ਆਏ ਨੇ ਇਹਨਾਂ ਨੂੰ ਆਹ ਦਾਤਾਂ ਚਾਹੀਦੀਆਂ ਨੇ ਮਹਾਰਾਜ ਅੱਜ ਝੋਲੀਆਂ ਭਰ ਦਿਓ ਉਹੀ ਗੁਰੂ ਨਾਨਕ ਜਿਹਨੇ ਭਗਤ ਧੰਨੇ ਦੀ ਝੌਂਪੜੀ ਬਣਾਈ ਤੇ ਧੰਨੇ ਭਗਤ ਦੇ ਖੂਹ ਇੱਕੇ ਸਨ ਜਿਹਨੇ ਭਗਤ ਕਬੀਰ ਜੀ ਦੇ ਕਾਰਜ ਸਵਾਰੇ ਉਹੀ ਗੁਰੂ ਨਾਨਕ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਜਿਹਨਾਂ ਦੇ ਅਸੀਂ ਦਰਸ਼ਨ ਕਰ ਰਹੇ ਇਹ ਉਹੀ ਰੱਬ ਜੀ ਬੈਠੇ ਹਨ ਉਹੀ ਰੱਬ ਜੀ ਜਿਹਨਾਂ ਦੇ ਆਪਾਂ ਚਰਨਾਂ ਵਿੱਚ ਭਾਵਨਾ ਬਣਾ ਕੇ ਬੈਠੇ ਹੋ ਐ ਸਤਿਗੁਰੂ ਜੀ ਤਖਤ ਬੈਠਾ ਅਰਜੁਨ ਗੁਰ ਸਤਿਗੁਰੂ ਕਾ ਖਿਵੈ ਚੰਦੋਆ ਐ ਸਤਿਗੁਰੂ ਜੀ ਬਿਰਾਜਮਾਨ ਹੁੰਦੇ ਸਨ ਚੰਦੋਆ ਸਾਹਿਬ ਸੇਵਾਦਾਰ ਚੌਰ ਸਾਹਿਬ ਕਰਦੇ ਨੇ ਸੋਨੇ ਦੇ ਹਰਿਮੰਦਰਾਂ ਵਿੱਚ ਸਤਿਗੁਰੂ ਰਹਿੰਦੇ ਨੇ ਸੋਨੇ ਦੇ ਪੀੜੇ ਤੇ ਬਿਰਾਜਮਾਨ ਹੀਰੇ ਜੜਤ ਚੌਰ ਸਾਹਿਬ ਹੁੰਦੇ ਨੇ ਉਹ ਕਿੰਨੇ ਗਰੀਬ ਨਿਵਾਜ ਨੇ ਸੇਵਕਾਂ ਦੀ ਬੇਨਤੀ ਮੰਨ ਕੇ ਦੇਖੋ ਖੁੱਲੇ ਪੰਡਾਲਾਂ 'ਚ ਦਰਸ਼ਨ ਦੇ ਰਹੇ ਨੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਏ ਇੱਥੇ ਹਿੰਦੂ ਰਾਮ ਰਾਮ ਜਪ ਲਵੇ ਤਾਂ ਵੀ ਮਹਾਰਾਜ ਰਾਮ ਰਾਮ ਦਾ ਉਪਦੇਸ਼ ਦਿੰਦੇ ਨੇ ਇੱਥੇ ਪੰਡਤ ਆ ਜਾਏ ਪੰਡਤ ਨੂੰ ਉਪਦੇਸ਼ ਹੈ ਮੁੱਲਾ ਆ ਗਿਆ ਉਹਨੂੰ ਮਹਾਰਾਜ ਖੁਦਾ ਖੁਦਾ ਕਰਨ ਵਾਸਤੇ ਸਭ ਦੇ ਸਾਂਝੇ ਰਹਿਬਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਦੁਨੀਆਂ ਕਿਉਂ ਕਰਦੀ ਹੈ ਸਾਰੀ ਦੁਨੀਆਂ ਕਿਉਂ ਕਰਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਸ ਮਨੁੱਖਤਾ ਨੂੰ ਤਿੰਨ ਦਾਤਾਂ ਦਿੱਤੀਆਂ ਮਨੁੱਖਤਾ ਨੂੰ ਸਭ ਤੋਂ ਪਹਿਲਾਂ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਨਾਮ ਹਿੰਦੂ ਵੀ ਜਪ ਸਕਦਾ ਮੁਸਲਮਾਨ ਵੀ ਤੇ ਸਿੱਖ ਵੀ ਜਪ ਸਕਦਾ ਭਾਈ ਨਾਮ ਜਪਣਾ ਫਰਜ਼ ਹੈ ਕੰਪਲਸਰੀ ਹੈ ਤੇ ਦਸਾਂ ਨੌਹਾਂ ਦੀ ਮਿਹਨਤ ਦੀ ਕਮਾਈ ਕਰਨੀ ਇਹ ਮਨੁੱਖ ਦਾ ਫਰਜ਼ ਹੈ ਉਸ ਕਮਾਈ ਵਿੱਚੋਂ ਦੋ ਜੋ ਪ੍ਰੋਫਿਟ ਆ ਗਿਆ ਤੈਨੂੰ ਫਾਇਦਾ ਹੋ ਗਿਆ ਉਹਦਾ ਦਸਵਾਂ ਹਿੱਸਾ ਭਲੇ ਦੇ ਕਾਰਜਾਂ ਵਿੱਚ ਲਾਉਣਾ ਕਹਿ ਦਿਓ ਸਤਨਾਮ ਸ੍ਰੀ ਇਹ ਸਾਂਝਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ ਇਸ ਕਰਕੇ ਸਾਰੀ ਦੁਨੀਆ ਨੇ ਫਿਰ ਮੰਨਿਆ ਜੋ ਗੁਰੂ ਸਾਹਿਬ ਕਹਿ ਰਹੇ ਨੇ ਆਓ ਗੜੋ ਸਾਰੇ ਮਿਲ ਕੇ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੋਂ ਵੱਡਾ ਜਿਹਨੇ ਮੇਰੀ ਪੈਜ ਰੱਖੀ ਹੈ ਪ੍ਰੇਮ ਪਟੋਲਾ ਤੈਸ ਹੈ ਦਿੱਤਾ ਢੱਕਣ ਕੋ ਪੱਤ ਮੇਰੀ ਮੇਰੀ ਪੱਤ ਇੱਜ਼ਤ ਢੱਕਣ ਵਾਸਤੇ ਪਾਤਸ਼ਾਹ ਤੂੰ ਪ੍ਰੇਮ ਦਾ ਪਟੋਲਾ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੋਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਅੱਜ ਦਾ ਜੋ ਸਮਾਗਮ ਹੈ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜੋ ਇਸੇ ਹੀ ਸਾਲ ਨਵੰਬਰ ਮਹੀਨੇ ਵਿੱਚ ਕੱਤਕ ਦੀ ਪੂਰਨਮਾਸ਼ੀ 550 ਸਾਲਾਂ ਸ਼ਤਾਬਦੀ ਆ ਰਹੀ ਹੈ ਔਰ ਆਪਾਂ ਕਿੱਡੇ ਭਾਗਾਂ ਵਾਲੇ ਹਾਂ ਸਾਨੂੰ ਕਿੰਨੀਆਂ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਮਿਲਿਆ ਮੁਸਲਮਾਨਾਂ ਦੇ ਵੇਲੇ ਵੀ ਨਹੀਂ ਆਪਾਂ ਮਨਾ ਸਕੇ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਨਹੀਂ ਮਨਾ ਸਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਪੂਰਬ ਦੀ ਸ਼ਤਾਬਦੀ ਕਲਗੀਧਰ ਪਿਤਾ ਜੀ ਦੇ ਆਗਮਨ ਦੀ ਸ਼ਤਾਬਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੀ ਸ਼ਤਾਬਦੀ ਮਨਾਈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 500 ਸਾਲਾ ਸ਼ਤਾਬਦੀ ਮਨਾਈ ਹੁਣ ਇਸ ਵਾਰੀ ਉਸ ਜਗਤ ਜੁਲੰਦੇ ਦਾ ਜਿਹੜਾ ਖੰਡਾ ਬ੍ਰਹਿਮੰਡਾਂ ਦਾ ਮਾਲਕ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ
ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਉਸ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਆਪਾਂ ਅੱਜ ਮਨਾ ਰਹੇ ਹਾਂ 550 ਸਾਲਾਂ ਸ਼ਤਾਬਦੀ ਆਉਣ ਵਾਲੇ ਸਮੇਂ ਵਿੱਚ ਵੀ ਇਸ ਤੋਂ ਵੱਧ ਚੜ ਕੇ ਮਨਾਵਾਂ ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਚਾਰੇ ਉਦਾਸੀਆਂ ਵਿੱਚ ਸਤਿਗੁਰੂ ਵੱਡੇ ਕਿਉਂ ਹਨ ਵੱਡੇ ਕਿਉਂ ਹਨ ਮਹਾਰਾਜ ਜੇ ਸਿੱਧਾਂ ਨਾਲ ਗੋਸ਼ਟ ਹੋਈ ਹੈ ਤੇ ਸਿੱਧ ਤੇਰੇ ਚਰਨਾਂ ਤੇ ਢਹਿੰਦੇ ਨੇ ਪਏ ਮਹਾਰਾਜ ਕਿਹੜੀ ਕਿਹੜੀ ਤੇਰੀ ਉਪਮਾ ਕਹੀ ਹੈ ਮਹਾਰਾਜ ਜੀ ਹਰਿਦੁਆਰ ਵਿੱਚ ਗਏ ਹਰਿਦੁਆਰ ਵਿੱਚ ਗਏ ਉੱਥੇ ਲੋਕ ਉਸ ਨਦੀ ਦਾ ਪਾਣੀ ਸੂਰਜ ਨੂੰ ਪਾ ਰਹੇ ਨੇ ਸੂਰਜ ਨੂੰ ਪਾ ਰਹੇ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਉਹ ਤੁਸੀਂ ਗਲਤ ਹੋ ਮਹਾਰਾਜ ਜੀ ਦੇ ਸਮਝਾਉਣ ਦਾ ਢੰਗ ਦੇਖੋ ਜੇ ਤੇ ਜਾਂਦੇ ਕਹਿੰਦੇ ਵੀ ਤੁਸੀਂ ਗਲਤ ਹੋ ਸਕਦਾ ਝਗੜਾ ਉੱਥੇ ਜ਼ਿਆਦਾ ਹੋ ਸਕਦਾ ਉਹ ਚੜਦੇ ਨੂੰ ਪਾਣੀ ਪਾ ਰਹੇ ਨੇ ਤੇ ਮਹਾਰਾਜ ਜੀ ਲਾਂਦੇ ਵੱਲ ਨੂੰ ਮੂੰਹ ਕਰਕੇ ਪਾਣੀ ਪਾਉਣਾ ਸ਼ੁਰੂ ਕਰਤਾ ਉਹ ਸਾਰੇ ਕਹਿੰਦੇ ਤੂੰ ਬਜ਼ੁਰਗ ਬਾਬਾ ਹੈ ਤੈਨੂੰ ਪਤਾ ਨਹੀਂ ਲੱਗਿਆ ਚੜਦੇ ਨੂੰ ਸੂਰਜ ਨੂੰ ਪਾਣੀ ਪਾਈਦਾ ਕਹਿੰਦੇ ਨਹੀਂ ਮੈਂ ਤਾਂ ਇੱਧਰ ਆਪਣੇ ਖੇਤਾਂ ਨੂੰ ਪਾਣੀ ਪਾ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੇ ਖੇਤ ਕਿੱਥੇ ਨੇ ਕਹਿੰਦੇ ਜੀ ਮੇਰੇ ਖੇਤ ਤਾਂ ਕਰਤਾਰਪੁਰ ਸਾਹਿਬ ਹਨ ਕਹਿੰਦੇ ਕਰਤਾਰਪੁਰ ਸਾਹਿਬ ਤਾਂ ਇੱਥੋਂ 500 ਮੀਲ ਦੂਰ ਹੈ 500 ਮੀਲ ਦੂਰ ਹੈ ਤੇ ਇੱਥੇ ਪਾਇਆ ਪਾਣੀ ਕਿਵੇਂ ਪਹੁੰਚ ਜਾਏਗਾ ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਇੱਥੋਂ ਬੁੱਕ ਭਰ ਕੇ ਪਾਣੀ ਪਾਇਆ ਤੁਹਾਡੇ ਕਰੋੜਾਂ ਮੀਲ ਦੂਰ ਸੂਰਜ ਨੂੰ ਪਹੁੰਚ ਸਕਦਾ ਹੈ ਤੇ ਮੇਰਾ ਤੇ 500 ਕਿਲੋਮੀਟਰ ਹੀ ਹੈ ਥੋੜ੍ਹਾ ਜਿਹਾ ਹੀ ਹੈ ਤਰਕ ਨਾਲ ਮਹਾਰਾਜ ਨੇ ਸਮਝਾਇਆ ਇੱਕ ਇੱਕ ਬੰਦੇ ਦੇ ਕੋਲ ਅੱਠ ਅੱਠ ਦਿਨ ਮਹੀਨਾ ਮਹੀਨਾ ਦੋ ਦੋ ਮਹੀਨੇ ਵਿਚਾਰਾਂ ਕਰ ਕਰਕੇ ਸੱਜਣ ਠੱਗ ਵਰਗਿਆਂ ਨੂੰ ਸਮਝਾਇਆ ਮਹਾਰਾਜ ਨੇ ਬਲੀ ਕੰਧਾਰੀ ਵਰਗਿਆਂ ਦਾ ਮਾਣ ਤੋੜਿਆ ਮੱਕੇ ਵਿੱਚ ਗਏ ਉੱਥੋਂ ਦੇ ਮੌਲਵੀਆਂ ਨੂੰ ਸਿੱਧਿਆ ਕੀਤਾ ਤੈਨੂੰ ਕਿਵੇਂ ਨਾ ਕਹੀਏ ਤੂੰ ਸਭ ਤੋਂ ਵੱਡਾ ਹੈ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੇ ਪੰਡਿਤ ਤੇਰੇ ਨਾਲ ਗੋਸ਼ਟ ਸਿੱਧ ਗੋਸ਼ਟ ਹੋ ਰਹੀ ਹੈ ਉਹ ਵੀ ਤੇਰੇ ਚਰਨਾਂ ਤੇ ਢਹਿੰਦੇ ਨੇ ਪੈ ਤੇਰੀ ਕਿਹੜੀ ਕਿਹੜੀ ਵਡਿਆਈ ਸੱਚੇ ਪਾਤਸ਼ਾਹ ਕਰੀਏ ਆਪਾਂ ਸਾਰੇ ਮਿਲ ਕੇ ਉਸ ਵੱਡੇ ਦੀਆਂ ਵਡਿਆਈਆਂ ਕਰੀਏ ਨਾ ਤੇ ਪਿਆਰ ਵਾਲਿਓ ਜਿਹੜਾ ਵੱਡੇ ਦੀ ਵਡਿਆਈ ਕਰਦਾ ਹੈ ਸਤਿਗੁਰੂ ਉਹਨੂੰ ਮਾਣ ਦਿੰਦੇ ਨੇ ਉਹ ਵੱਡਾ ਹੋ ਜਾਂਦਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲਿਓ ਜੀ ਸੋ ਦੁੱਖ ਕੈਸਾ ਪਾਵੇ ਹੁਣ ਆਪਾਂ ਨੂੰ ਜਿਹੜੇ ਦੁੱਖ ਲੱਗਦੇ ਨੇ ਇਹਦਾ ਮਤਲਬ ਸਾਡੇ ਉੱਤੇ ਗੁਰੂ ਨਹੀਂ ਬੈਠਾ ਸੁਣਿਓ ਇਹ ਪੰਕਤੀ ਬੜੀ ਕੀਮਤੀ ਹੈ ਜਿਹਦੇ ਸਿਰ ਦੇ ਉੱਤੇ ਸੱਚੇ ਪਾਤਸ਼ਾਹ ਤੇਰਾ ਹੱਥ ਹੈ ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ ਹੈ ਨਾ ਸੋ ਦੁੱਖ ਕੈਸਾ ਪਾਵ ਨਹੀਂ ਪਾ ਸਕਦਾ ਹੁਣ ਸਾਡੇ ਗੁਰੂ ਜੀ ਦਾ ਹੱਥ ਸਿਰ ਤੇ ਕਿਵੇਂ ਆਏਗਾ ਸਾਡੇ ਗੁਰੂ ਜੀ ਦਾ ਸਾਡੇ ਸਿਰ ਤੇ ਹੱਥ ਕਿਵੇਂ ਆਵੇ ਕੀ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੱਕ ਲੈ ਜਾਂ ਜਪਜੀ ਸਾਹਿਬ ਦਾ ਗੁਟਕਾ ਉੱਤੇ ਮੂਲ ਮੰਤਰ ਲਿਖ ਕੇ ਰੱਖ ਲਈਏ ਮਹਾਰਾਜ ਕਹਿੰਦੇ ਹਾਂ ਇਹਦਾ ਤੈਨੂੰ ਪੁੰਨ ਮਿਲੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਦੀ ਸੇਵਾ ਪੀੜਾ ਸਾਹਿਬ ਦੀ ਰੁਮਾਲਾ ਸਾਹਿਬ ਦੀ ਸੇਵਾ ਕਰਨੀ ਸਤਿਗੁਰ ਕੀ ਸੇਵਾ ਸਫਲ ਹੈ ਪਰ ਜੇ ਤੂੰ ਚਾਹੁੰਦਾ ਮੇਰੇ ਗੁਰੂ ਦਾ ਹਮੇਸ਼ਾ ਸਿਰ ਤੇ ਹੱਥ ਰਵੇ ਸਿਰ ਵਿੱਚ ਕੀ ਹੈ ਦਿਮਾਗ ਦਿਮਾਗ ਦੇ ਨਾਲ ਗੁਰੂ ਜੀ ਦੇ ਸ਼ਬਦ ਚੇਤਾ ਕਰਨੇ ਨੇ ਗੁਰੂ ਜੀ ਦੇ ਸ਼ਬਦ ਜਿਹੜੇ ਨੇ ਇਹੀ ਗੁਰੂ ਦਾ ਹੱਥ ਹੈ ਜਿਹੜਾ ਗੁਰੂ ਜੀ ਦੇ ਸ਼ਬਦਾਂ ਨੂੰ ਮਨ ਕਰਕੇ ਦਿਮਾਗ ਨਾਲ ਯਾਦ ਕਰਦਾ ਫਿਰ ਵਾਰ ਵਾਰ ਰਿਪੀਟ ਕਰ ਕਰਕੇ ਉਹਦਾ ਜਾਪ ਕਰਦਾ ਮਹਾਰਾਜ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਹ ਉਹ ਦਰ ਹੈ ਸੋਡੀ ਪਾਤਸ਼ਾਹ ਦਾ ਦਰ ਇਹ ਗੁਰੂ ਰਾਮਦਾਸ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਨਾਨਕ ਦਾ ਦਰ ਹੈ ਜਿਹੜਾ ਆਵਾਜ਼ਾਂ ਮਾਰਦਾ ਸੱਜਣਾ ਭੱਜ ਕੇ ਆ ਜਾ ਦੁੱਖ ਪਰ ਹਰ ਸੁਖ ਜਿੰਨੇ ਦੁਨੀਆਂ ਦੇ ਦੁੱਖ ਨੇ ਕਹਿੰਦੇ ਇੱਥੇ ਧਰ ਜਾ ਇੱਥੋਂ ਸੁੱਖਾਂ ਦੀਆਂ ਪੰਡਾਂ ਲੈ ਜਾ ਹੁਣ ਅੱਜ ਆਪਾਂ ਸੁੱਖ ਲੈ ਕੇ ਜਾਣੇ ਨੇ ਤੇ ਦੁੱਖ ਇੱਥੇ ਰੱਖ ਕੇ ਜਾਣੇ ਨੇ ਕਿਵੇਂ ਅੱਜ ਆਪਾਂ ਜਿੰਨੇ ਜ਼ਿੰਦਗੀ ਦੇ ਦੁੱਖ ਨੇ ਇੱਥੇ ਢੇਰੀ ਕਰ ਜਾਣੇ ਨੇ ਤੇ ਇੱਥੋਂ ਸੁੱਖਾਂ ਦੇ ਟੋਕਰੇ ਭਰ ਕੇ ਲੈ ਕੇ ਜਾਣੇ ਨੇ ਮਹਾਰਾਜ ਕਹਿ ਰਹੇ ਨੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਸੁੱਖ ਘਰ ਲਿਜਾਣ ਦਾ ਇੱਕੋ ਇੱਕ ਤਰੀਕਾ ਹੈ ਇੱਕ ਹੀ ਤਰੀਕਾ ਹੈ ਗੁਰੂ ਜੀ ਦੇ ਸ਼ਬਦਾਂ ਨੂੰ ਅੱਜ ਚੇਤਾ ਕਰਕੇ ਚਲੇ ਜਾਣਾ ਹਰ ਰੋਜ਼ ਸਵੇਰੇ ਤੇ ਸ਼ਾਮ ਚੌਂਕੜਾ ਮਾਰ ਕੇ ਬੈਠ ਕੇ ਆਟਾ ਗੁੰਨਦਿਆਂ ਝਾੜੂ ਮਾਰਦਿਆਂ ਘਰ ਦੇ ਕੰਮ ਕਰਦਿਆਂ ਮੱਝਾਂ ਨੂੰ ਪੱਠੇ ਪਾਉਂਦਿਆਂ ਖੇਤਾਂ ਵਿੱਚ ਕੰਮ ਕਰਦਿਆਂ ਗੱਡੀ ਚਲਾਉਂਦਿਆਂ ਵਾਰ ਵਾਰ ਜਪਣਾ ਸਤਨਾਮ ਸ੍ਰੀ ਵਾਹਿਗੁਰੂ
जप मन सतनाम सदा सतनाम हलत पलत मुख उज्जल होई है नित ध्याई है हर पुरख निरंजन जेड़ा नित जपदा है ना सतगुरु जी दा नाम ओनु फिर सदा ही सुख मिलदा एक बारी पढ़ो सारे सब ते पटा सतगुर नानक जिनका लागी मेरे सब ते पटा सतगुर नानक जिनका लागी मेरे जिनका लागी नानक दा दर है प्यार वाले ते गुरु नानक दा दर फिर दिनों दिन वड्डा ही वड्डा है हमेशा ही वड्डा है आओ साहिब जी दे चरणा विच जिस परिवार ने ए अज दा प्रोग्राम उलीकिया उन्हां वल्लों भी संगत वल्लों भी हुक्म होया सी भी ए तुसी शब्द कह लो कविता कह लो जरूर पढ़नी है दुख कट दुनिया दे वंड खुशियां खेड़े अरदास मालका चरणा विच तेरे आओ सारे मिलके आपां ए शब्द पढ़िए पर जिवें आपां दास बेनती कर रहा सी आप जी नूं भी महाराज जी दे चरणा विचों आपां अज सुख लैके जाना है ते सुख लिजाण दा इको एक तरीका है प्यार वालिओ अज तों बाद पल्ले बन के लै जाओ गल देखो आपां महापुरखां दे दरबार ते भी आए हां कितने महापुरख ने संत बाबा अतर सिंह जी मस्तवाने वाले महापुरख धन बाबा आनंद सिंह जी नानकसर वाले महापुरख बाबा जरनैल सिंह खालसा भिंडरां वाले महापुरख जिन्हां ने हजारां ही प्राणियां नूं गुरु चरणां नाल जोड़िया ओह भी तां है सन तां इक इंसान ही पर उन्हां विच ते साडे विच वखरा की है बस ओह रब नाल जुड़े होए ने आपां संसार नाल जुड़े होए महापुरख तप कर करके बंदगी कर करके नौ द्वारे साध साध कहाया अपने आप नूं साध के ओ फिर महान पुरख बन जांदा है ते उहनां दी रसना ते रब दा वासा हुंदा है जो रसना तो बोल देन उहनां दी अरदास फिर रब बिरथी नहीं जान देंदा आओ सारे मिलके ए शब्द ए कविता पढ़िए ते रब जी दे चरणां विच ए आपां दात अज लैके जाणी आ सच्चे पातशाह अज साडी जिंदगी दे सारे ही दुख तुसी दूर कर दिओ ए तेरे चरणां विच अरदास है ते हर रोज अपने अपने घरां विच अद्धा अद्धा घंटा जपना है हर रोज महाराज जी दे चरणां विच सुख लिजाणे ने ना सारिआं ने जिहड़ा ते चाहुंदा भी गुरु ग्रंथ साहिब महाराज दे चरणां विच सुखां दीआं पंडां मैं अज चक के लिजाणीआं ने ते दुखां दीआं इत्थे ही ढेरियां कर जाणीआं ने ओह तां रसना नाल बोलिओ जरूर एक पासे सारे सिंघ बोलिओ एक पासे सारिआं बीबीआं मातावां बोलिओ जी सतनाम वाहेगुरु सतनाम वाहेगुरु सारिया बीबिया हुण वीर बोलियो जी सतनाम वाहे गुरु 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 संगत जी जिस तरह आपां हुण बोल के जाप कीता है ना इस तरीके दे नाल हर रोज सिर्फ 15 मिनट तो शुरुआत कर लो फिर अद्धा घंटा एक घंटा अज दी तरीक लिख लो गुरु चरणा दा आसरा लेके कहने तुहाडे चर घर विच जो चीज चाहीदी आ खुद चल के आए खुद चल के जपना शुरू कर दो बस इस दरबार तो ए असीस है ए सुख दी झोली है
ਇਹ ਸੁੱਖਾਂ ਦੀ ਭਰ ਕੇ ਮਹਾਰਾਜ ਨੇ ਦਾਤ ਦਿੱਤੀ ਹੈ ਔਰ ਨਾਲੇ ਤੁਸੀਂ ਸੰਗਤ ਨੇ ਜਪਿਆ ਤੇ ਜਿਹੜਾ ਵਿਦੇਸ਼ ਵਿੱਚ ਬੱਚਾ ਉਹ ਅੱਜ ਦਾ ਸਮਾਗਮ ਜਿਸ ਦੀ ਬਦੌਲਤ ਜਿਹਨੂੰ ਮਹਾਰਾਜ ਨੇ ਸੇਵਾ ਬਖਸ਼ਿਸ਼ ਕੀਤੀ ਹੈ ਇਹ ਨਾਮ ਦੀ ਅਸੀਸ ਉਹਨੂੰ ਹੀ ਪ੍ਰਾਪਤ ਹੋਏਗੀ ਤੁਹਾਡਾ ਸੰਗਤ ਦਾ ਜਪਿਆ ਹੋਇਆ ਆ ਹੁਣ ਸਾਰੇ ਮਿਲ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਰੀ ਦੁਨੀਆਂ ਨੂੰ ਸੁੱਖ ਬਖਸ਼ ਤੇ ਸਭ ਦੇ ਦੁੱਖ ਕੱਟ ਦਿਓ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾਂ ਵਿੱਚ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ
तेरे अरदास दातिया चरणा विच तेरे मैनू प्यार करन दी दाता जाच सिखा दे कदे वैर ईरखा ना मन विच आवे मैनू प्यार करन दी दाता जाच सिखा दे कदे वैर ईरखा ना मन विच आवे जो दूर ने तैथों आ जावन नेड़े जो दूर ने तैथों आ जावन नेड़े अरदास मालका चरणा विच तेरे अरदास दातिया चरणा विच तेरे दुख कट दुनिया दे बंद खुशियां अरदास मालका चरणा विच तेरे अरदास दातिया चरणा विच तेरे चरणा विच तेरे चरणा विच तेरे वाहे गुरु हे गरीब नवाज ये तेरे चरणा विच मेरी अरदास है सब दे पले दी अरदास है देखियो जिंदगी विच दुख ते सुख किवें आउंदे हन दुख साडे कीते गुनाह हन सुख साडे कीते शुभ कर्म हन जो असी कर्म कीते हन महाराज जी कहिंदे हन जिहा बीजै सो लुणै कर्मा संगड़ा ए गुरु नानक दा दर है जिहड़ा तैनू टुंबेगा इस गल नूं तैनू सोचण नूं मजबूर करेगा दे किवार अनक परदे मैं परदारा संग फाकै चित्तर गुप्त जब लेखा मांगे तब कौन पर्दा तेरा ढाकै गुप्त चित्तर भला केड़े ओ टेलीविजन वाले ने जिहड़े सिंगा वाले दो भी आए गुप्त चित्तर ओ लेखा लिखदे ने महाराज जी कहिंदे ने गुप्त चित्तर अपने अंदर मन विच झात मार के देख इत्थे तू किड्डा सोहना लग रिहा नाम जपदा संगत विच पर तेरे कुछ ओ चित्र हन जिहड़े सिर्फ तैनू पता है लोकां तो चोरी चोरी दुनिया तो चोरी चोरी घरदियां तो चोरी चोरी जिहड़े तू कर्म करदा है ओ तेरे अपने जी नू तेरे गुप्त रूप हन जिहड़े महाराज जी कहिंदे ने लोकां कोलों छुपा लेंगा पर इहदे कोलों कित्थे छुपाएंगा इह तां तेरे अंदर बैठा ओ गुप्त चित्रां नूं वाच रहा है ते ओ जिहड़े गुप्त चित्र हन ना मारे कहिंदे ने तब कौन पढ़दा तेरे ढाके उदों पढ़दा कौन ढकेगा जदों तेरा लेखा मंगिया गया इस करके संगत जी जो दुख मिलदा है ना जां सुख मिलदा है ओ साडे कर्मां दा है संसार रिटर्न गिफ्ट दिंदा है रिटर्न गिफ्ट ओ भी डबल कर जे बाहर कोई गलती हो गई है ना बाहर गलती हर बंदे तो होंदी है भुलण अंदर सब को अपुल गुरु बाहर गलती हो गई इस दर ते आ गया ते महाराज जी कहिंदे ने कोट अपराध साध संग आ संगत विच बह गया सजना अज इस वड्डे दरबार विच आ गए इस दर तो हुण खाली नहीं तू जाएगा तेरे कीते सारे गुनाह अज बख्शेगा जिन्ना अपराधां दी तेनू सजा मिलनी सी ओ सारे रब ने माफ करते बख्श दिते क्योंकि अज तू माड़ी मत नू त्याग के दुख पर हर अपराध करने छड़ के ते सुख घर लै चलिया है रब जी दा नाम चक के लै चलिया है अज तो बाद सवेरे भी ते शाम हे रब जी मैं तेरा नाम जपांगा हर रोज मैं माड़े कर्मा तो बचन की कोशिश करांगा पाछा तू आप बचाउणा है जदों मैं माड़ा कर्म ही नहीं करांगा जदों मैं माड़ा कर्म ही नहीं कीता ते फिर मैनूं सजा का दी
ਸਜ਼ਾ ਤੇ ਤਾਂ ਮਿਲੇਗੀ ਨਾ ਜੇ 302 ਵਾਲਾ ਕੰਮ ਕੀਤਾ, ਜੇ 307 ਵਾਲਾ ਕੰਮ ਕੀਤਾ, ਅਪਰਾਧ ਕੀਤਾ ਤੇ ਅਪਰਾਧੀ ਨੂੰ ਜੱਜ ਸਜ਼ਾ ਦੇਗਾ। ਜੇ ਅਪਰਾਧ ਹੀ ਨਹੀਂ ਕੀਤਾ ਹੁੰਦਾ ਤੇ ਅੱਜ ਝੂਠਾ ਸੌਦਾ ਕਿਉਂ ਅਖਵਾਉਂਦਾ? ਅਪਰਾਧ ਨਾ ਕੀਤਾ ਹੁੰਦਾ ਤੇ ਕਰੋੜਾਂ ਦੁਨੀਆਂ ਮੱਥੇ ਟੇਕਦੀ ਹੈ ਤੇ ਕਹਿੰਦਾ ਸੀ ਮੇਰਾ ਸਾਰਾ ਹੀ ਸੱਚਾ ਹੀ ਇਹ ਸੌਦਾ ਸਾਡੇ ਵਾਲਾ। ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ, ਡੁਪਲੀਕੇਟ ਮਾਲ ਲਾ ਕੇ ਕਹਿੰਦਾ ਆਪਣਾ ਮਾਰਕਾ ਲਾ ਕੇ ਦੁਨੀਆਂ ਦੇ ਸਾਹਮਣੇ ਐ ਨਹੀਂ ਪਿਆਰ ਵਾਲਿਆ। ਗੁਰੂ ਨਾਨਕ ਦਾ ਦਰ ਹੈ, ਸਭ ਜਾਣਦਾ, ਸਭ ਦੀਆਂ ਝੋਲੀਆਂ ਭਰਦਾ। ਸੁਣਿਓ, ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਵਿੱਚ ਕਿਵੇਂ ਆਉਂਦੇ ਨੇ? ਜਿਵੇਂ ਹੁਣ ਵਿਆਹਾਂ ਦੇ ਦਿਨ ਚੱਲਦੇ ਨਾ ਪੈ ਸੰਗਤ ਜੀ, ਵਿਆਹਾਂ ਦੇ ਦਿਨ। ਇੱਕ ਵਾਰੀ ਘਰ ਵਾਲੀ ਦੇ ਭਤੀਜੇ ਦਾ ਵਿਆਹ ਸੀ। ਸੁਣਿਓ, ਦੁੱਖ ਤੇ ਸੁੱਖ ਸਾਨੂੰ ਕਿਵੇਂ ਮਿਲਦੇ ਨੇ? ਸਾਡੀ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਕਿਵੇਂ ਆਉਣਗੇ? ਇੱਕ ਵਾਰੀ ਘਰ ਵਾਲੀ ਦੇ ਭਤੀਜੇ ਦਾ ਵਿਆਹ ਹੈ ਤੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਮੇਰੇ ਸੁੱਖ ਨਾਲ ਇੱਕ ਇੱਕ ਹੀ ਭਤੀਜਾ, ਉਹਦਾ ਹੁਣ ਵਿਆਹ ਹੈ ਤੇ ਮੈਂ ਕੜੇ ਵੀ ਲੈ ਕੇ ਜਾਣੇ ਨੇ, ਭਰਾ ਨੂੰ ਪਾਉਣਾ, ਭਤੀਜੇ ਨੂੰ ਪਾਉਣਾ, ਇੰਨੀਆਂ ਟੂਮਾਂ ਲੈ ਕੇ ਜਾਣੀਆਂ ਨੇ। ਹੁਣ ਘਰ ਵਾਲਾ ਕਹਿੰਦਾ ਵੀ ਭਗਵਾਨ ਨੇ ਜਿਹੜੀਆਂ ਦੂਜੀਆਂ ਭੈਣਾਂ ਉਹ ਤੇ ਅਮੀਰ ਘਰਾਂ ਚ ਵਿਆਹੀਆਂ ਨੇ, ਉਹ ਤੇ ਤਗੜੇ ਨੇ ਸਾਡੇ ਤੋਂ, ਉਹਦਾ ਜੋ ਮਰਜ਼ੀ ਲਿਆਉਣ, ਆਪਾਂ ਤਾਂ ਗਰੀਬ ਹਾਂ, ਆਪਾਂ ਕਿਵੇਂ ਲੈ ਜਾਈਏ? ਕਹਿੰਦੇ ਨਹੀਂ ਜੀ ਨਹੀਂ, ਮੇਰਾ ਤੇ ਨੱਕ ਇੱਜ਼ਤ ਤਾਂ ਹੀ ਰਹਿੰਦੀ ਹੈ ਜੇ ਉਹਨਾਂ ਭੈਣਾਂ ਦੇ ਬਰਾਬਰ ਮੈਂ ਲੈ ਕੇ ਜਾਵਾਂ, ਭਾਵੇਂ ਜਿਵੇਂ ਮਰਜ਼ੀ ਕਰ। ਹੁਣ ਘਰ ਵਾਲਾ ਮਜਬੂਰ ਹੈ ਬਾਬਾ ਜੀ, ਤੇ ਘਰ ਵਾਲਾ ਜਾਂਦਾ ਫਿਰ ਇੱਕ ਸ਼ਾਹੂਕਾਰ ਕੋਲ, ਆੜਤੀਏ ਕੋਲ, ਕਹਿੰਦਾ ਵੀ ਐਂ ਮੇਰੇ ਕਹਿ ਲਓ ਵੀ ਘਰ ਵਾਲੀ ਦੇ ਭਤੀਜੇ ਦਾ, ਸਾਲੇ ਦੇ ਮੁੰਡੇ ਦਾ ਸਮਝ ਲਓ ਵਿਆਹ ਹੈ ਤੇ ਮੈਨੂੰ ਜਾਣਾ ਪੈਣਾ ਸ਼ਾਹੂਕਾਰ ਜੀ, 2 ਲੱਖ ਰੁਪਇਆ ਉਧਾਰ ਦਿਓ, ਦੁੱਖ ਤੇ ਸੁੱਖ ਕਿਵੇਂ ਆਉਂਦੇ? ਹੁਣ ਸ਼ਾਹੂਕਾਰ ਕੋਲ ਲਾਇਆ ਆੜਤੀਏ ਕੋਲ ਅੰਗੂਠਾ ਤੇ 2 ਲੱਖ ਰੁਪਇਆ ਉਧਾਰਾ ਲੈ ਕੇ ਉਹਦਾ ਕੜੇ ਖਰੀਦੇ, ਟੂਮਾਂ ਖਰੀਦੀਆਂ, ਜੋ ਕੱਪੜਾ ਲੀੜਾ ਮਠਿਆਈਆਂ ਖਰੀਦਣੀਆਂ ਸਨ ਖਰੀਦਣੀਆਂ ਤੇ ਘਰ ਚਲੇ ਗਏ। ਹੁਣ ਸਹੁਰਿਆਂ ਦੇ ਭਤੀਜੇ ਦਾ ਵਿਆਹ ਹੈ ਸੁੱਖ ਨਾਲ, ਹੁਣ ਆਪਣੇ ਭਰਾ ਦੇ ਘਰੇ ਇਸ ਕਰਕੇ ਟੂਮਾਂ ਦੇਣ ਜਾ ਰਹੀ ਹੈ ਕਿਉਂਕਿ ਜਿੱਦਣ ਮੇਰੇ ਪੁੱਤ ਦਾ ਵਿਆਹ ਹੋਏਗਾ ਨਾ, ਮੇਰੇ ਭਰਾ ਨੇ ਨਾਨਕੀ ਚੱਕ ਲੈ ਕੇ ਆਉਣਾ, ਜਿੰਨਾ ਮੈਂ ਦੇ ਚੱਲੀ ਹਾਂ ਇੰਨਾ ਤੇ ਕੀ ਇਦੂ ਡਬਲ ਲੈ ਕੇ ਆਏਗਾ? ਇਸ ਆਸ ਨਾਲ ਹੀ ਨਾ ਬੇਦੂ ਡਬਲ ਲਿਆਏਗਾ, ਇਹਨਾਂ ਤੇ ਭੈਣ ਮੇਰੀ ਦੇ ਹੀ ਗਈ ਹੈ। ਕਿਸੇ ਦੇ ਘਰ ਸੁੱਖ ਦਿੱਤਾ ਹੈ ਇਸ ਆਸ ਨਾਲ ਵੀ ਜਿੱਦਣ ਮੇਰੇ ਘਰੇ ਸਮਾਗਮ ਹੋਏਗਾ, ਵਿਆਹ ਹੋਏਗਾ, ਇਹ ਮੇਰੇ ਤੋਂ ਡਬਲ ਸੁੱਖ ਦੇ ਕੇ ਜਾਏਗਾ ਮੈਨੂੰ ਵਿਆਹ ਕਰ ਆਏ। ਤੇ ਹੁਣ ਪਿਆਰ ਵਾਲਿਓ ਲੰਘ ਗਏ 6 ਮਹੀਨੇ, 6 ਮਹੀਨਿਆਂ ਬਾਅਦ ਹੁਣ ਸ਼ਾਹੂਕਾਰ ਕਹਿੰਦਾ ਹੈ ਸਰਦਾਰ ਜੀ ਤੁਸੀਂ 2 ਲੱਖ ਉਧਾਰਾ ਲੈ ਗਏ ਸੋ ਮੇਰੇ ਤੋਂ। ਹੁਣ ਸ਼ਾਹੂਕਾਰ ਨੂੰ ਇਹ ਤਾਂ ਨਹੀਂ ਨਾ ਕਹਿ ਸਕਦੇ ਵੀ ਉਹ 2 ਲੱਖ ਦੇ ਤੇ ਮੈਂ ਟੂਮਾਂ ਖਰੀਦ ਕੇ ਸਹੁਰਿਆਂ ਦੇ ਆਇਆ, ਮੈਂ ਕਿਹੜਾ ਘਰ ਵਰਤੀਆਂ ਨੇ, ਐ ਤਾਂ ਨਹੀਂ ਨਾ ਕਹਿ ਸਕਦੇ। ਹੁਣ ਸ਼ਾਹੂਕਾਰ ਨੂੰ ਫਿਰ ਕਹਿਣਾ ਪਏਗਾ ਵੀ ਕੋਈ ਨਹੀਂ, ਫਸਲ ਪੱਕਣ ਵਾਲੀ ਹੈ ਤੇ ਤੈਨੂੰ ਸਮੇਤ ਵਿਆਜ ਮੋੜ ਦਿਆਂਗੇ ਤੇਰਾ 2 ਲੱਖ, ਇਹੀ ਕਾਨੂੰਨ ਹੈ ਸਮਾਜ ਦਾ। ਹੁਣ ਸੁਣਿਓ, ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਨਾ, ਗੁਆਂਢੀ ਕਹਿ ਲਓ, ਰਿਸ਼ਤੇਦਾਰ, ਭੂਆ, ਤਾਇਆ, ਚਾਚਾ, ਭਰਾ, ਭਾਬੀ, ਕੋਈ ਵੀ ਸਮਾਜ ਵਿੱਚ ਕੋਈ ਦੁੱਖ ਪਹੁੰਚਾਉਂਦਾ, ਫਿਰ ਆਪਾਂ ਐਂ ਹੱਥ ਜੋੜ ਦਿੰਦੇ ਹਾਂ ਵੀ ਹੇ ਸੱਚੇ ਪਾਤਸ਼ਾਹ, ਜੇ ਤੇ ਮੈਂ ਇਹਨੂੰ ਡਾਂਗ ਮਾਰੀ, ਜਾਂ ਮੈਂ ਇੱਟ ਮਾਰੀ, ਜਾਂ ਮੈਨੂੰ ਕੋਈ ਨੁਕਸਾਨ ਪਹੁੰਚਾਇਆ, ਇਹਨਾਂ ਨੂੰ ਪਤਾ ਲੱਗ ਜਾਣਾ, ਹੋ ਸਕਦਾ ਮੈਨੂੰ ਕੁੱਟ ਦੇਣ ਜਾਂ ਮੇਰੇ ਤੇ ਪਰਚਾ ਕਰਾ ਦੇਣ, ਐਂ ਹੀ ਹੈ ਨਾ, ਕਿਉਂਕਿ ਇਹਨਾਂ ਨੇ ਮੈਨੂੰ ਬੜਾ ਤੰਗ ਕੀਤਾ ਹੀ। ਫਿਰ ਆਪਾਂ ਨਿਤਨੇਮ ਕਰਕੇ ਅਰਦਾਸ ਕਰਦੇ ਹਾਂ, ਹੇ ਮੇਰਿਆ ਮਾਲਕਾ, ਬਸ ਨਾ ਤੂੰ ਹੀ ਕੋਈ ਕਲਾ ਵਰਤਾ, ਬਸ ਜਿੰਨੇ ਸਾਨੂੰ ਦੁਖੀ ਕੀਤਾ ਹੀ ਨਾ ਉਹਨਾਂ ਦਾ, ਹੈ ਨਾ। ਇੱਥੋਂ ਤੱਕ ਵੀ ਕਹਿੰਦੇ ਨੇ ਵੀ ਕੱਖ ਨਾ ਰਹਿ, ਐ ਪੰਜਾਬੀ ਬੋਲੀ ਹੈ ਨਾ, ਵੀ ਜਿੰਨੇ ਸਾਨੂੰ ਦੁਖੀ ਕੀਤਾ ਹੈ ਨਾ ਰੱਬਾ, ਗੇੜੇ ਘਟਾ ਦੀ ਬਸ ਉਹਨਾਂ ਦੇ, ਐਂ ਕਰਨੇ ਆ ਨਾ। ਹੁਣ ਨਿਤਨੇਮ ਕੀਤਾ ਸੀ, ਬੰਦਗੀ ਕੀਤੀ ਤੇ ਰੱਬ ਤੋਂ ਕੀ ਮੰਗ ਰਹੇ ਆ ਵੀ ਮੈਂ ਤਾਂ ਸੁਖੀ ਹੋਵਾਂ, ਪਰ ਜਿਹੜਾ ਗੁਆਂਢੀ ਹੈ ਨਾ ਉਹ ਮੇਰਾ ਦੁਖੀ ਹੋ ਗਿਆ। ਹੁਣ ਰੱਬ ਜੀ ਕਹਿੰਦਾ ਜੋ ਮੰਗੇ ਠਾਕੁਰ ਸੋਈ ਸੋਈ, ਰੱਬ ਕਹਿੰਦਾ ਪੁੱਤ ਕੀ ਚਾਹੀਦਾ, ਉਹ ਉਹਨੂੰ ਦੁੱਖ ਕਰਨਾ, ਇਹ ਅਰਦਾਸ ਕਰ ਰਿਹਾ, ਚੱਲ ਲੈ ਕੋਈ ਗੱਲ ਨਹੀਂ ਤੈਨੂੰ ਦਿੱਤੇ, ਰੱਬ ਕੋਈ ਨਾ ਕੋਈ ਕਲਾ ਵਰਤਾ ਦਿੰਦਾ ਤੇਰੀ ਅਰਦਾਸ ਦੀ ਬਦੌਲਤ, ਉਹਨੂੰ ਕੋਈ ਨਾ ਕੋਈ ਰੱਬ ਕਲਾ ਵਰਤਾ ਕੇ ਦੁਖੀ ਕਰਤਾ। ਫਿਰ ਇਹ ਸ਼ਾਹੂਕਾਰ ਕਹਿੰਦਾ ਹੈ ਵੀ ਪੁੱਤ ਤੂੰ ਕਿਸੇ ਦੇ ਮਾੜੇ ਦੀ ਅਰਦਾਸ ਕੀਤੀ ਸੀ ਬਈ, ਉਹ ਲੈ ਕੇ ਗਿਆ ਸੀ ਉਧਾਰੇ ਮੇਰੇ ਤੋਂ, ਉਹ ਹੁਣ ਮੇਰੇ ਮੋੜ, ਇਹ ਸ਼ਾਹੂਕਾਰ ਬਣ ਗਿਆ ਨੇ ਤੇ ਤੂੰ ਉਧਾਰੇ ਲੈ ਕੇ ਭੇਜੇ ਨਾ, ਬਾਈਪਾਸ ਕਰਤੇ ਵੀ ਮੇਰਾ ਨਾਮ ਹੀ ਨਾ ਹੋਵੇ ਬਸ। ਫਿਰ ਰੱਬ ਕਹਿੰਦਾ ਵੀ ਪੁੱਤ ਤੂੰ ਐਂ ਕੀਤਾ ਸੀ ਉਹਦੇ ਘਰੇ ਭੇਜੇ ਸਨ, ਉਹ ਤੇ ਮੋੜਨੇ ਪੈਣਗੇ ਸਣੇ ਵਿਆਜ। ਫਿਰ ਸਾਲ ਬਾਅਦ, 2 ਸਾਲਾਂ ਬਾਅਦ ਕੋਈ ਨਾ ਕੋਈ ਰੱਬ ਕਸਵੱਟੀ ਵਰਤਾ ਦਿੰਦਾ। ਫਿਰ ਆਪਾਂ ਕਹਿੰਦੇ ਅਸੀਂ ਤੇ ਕਦੀ ਕਿਸੇ ਦਾ ਮਾੜਾ ਹੀ ਨਹੀਂ ਸੀ ਕੀਤਾ, ਰੱਬ ਨੇ ਸਾਡੇ ਨਾਲ ਕੀ ਕਰਤਾ?
ਅਸੀਂ ਰੱਬ ਦਾ ਕੀ ਵਿਗਾੜਿਆ ਸੀ ਫਿਰ ਰੱਬ ਨਾਲ ਲਾਮੇ ਫਿਰ ਰੱਬ ਕਿਤੇ ਨਾ ਕਿਤੇ ਜਾ ਕੇ ਠਣਕਾਉਂਦਾ ਸਜਣਾ ਐ ਨਹੀਂ ਤੂੰ ਆਹ ਕੀਤਾ ਸੀਗਾ ਕਰਮ ਤਾਂ ਤੈਨੂੰ ਉਸ ਕਰਮ ਦੀ ਬਦੌਲਤ ਇਹ ਗੁਰੂ ਨਾਨਕ ਦਾ ਦਰ ਹੈ ਤੂੰ ਜੋ ਮਰਜ਼ੀ ਬੋਲੀ ਆ ਓਨਾ ਚਿਰ ਅਰਦਾਸ ਕੰਪਲੀਟ ਨਹੀਂ ਹੋਏਗੀ ਜਿੰਨਾ ਚਿਰ ਤੂੰ ਇਹ ਨਹੀਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਕੇ ਸਿੱਖਾਂ ਦੀ ਦੁਨੀਆਂ ਵਿੱਚ ਕਿਉਂ ਚੜ੍ਹਾਈ ਹੈ ਅਜੇ 550 ਸਾਲ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਗਮਨ ਪੁਰਬ ਮਨਾ ਰਹੇ ਹਾਂ ਸਿਰਫ 550 ਸਾਲ ਵਿੱਚ ਪੂਰੇ ਵਰਲਡ ਵਿੱਚ ਗੁਰੂ ਨਾਨਕ ਦੀ ਸਿੱਖੀ ਹੈ ਕਿਉਂ ਕਿਉਂਕਿ ਇਹ ਸਭ ਦਾ ਭਲਾ ਮੰਗਦੀ ਹੈ ਕੋਈ ਟਾਈਮ ਸੀ ਹਿੰਦੂਆਂ ਨੂੰ ਉੱਥੋਂ ਕੁੱਟ ਕੁੱਟ ਕੇ ਕਸ਼ਮੀਰ ਵਿੱਚੋਂ ਕੱਢਿਆ ਜਾ ਰਿਹਾ ਸੀ ਕਤਲ ਕੀਤਾ ਜਾ ਰਿਹਾ ਸੀ ਕਸ਼ਮੀਰ ਵਿੱਚੋਂ ਉਹੀ ਕਸ਼ਮੀਰੀ ਗੁਰੂ ਨਾਨਕ ਦੇ ਦਰ ਤੇ ਆਏ ਉਹ ਹਿੰਦੂ ਲੋਕ ਦਰ ਤੇ ਆਏ ਉਦੋਂ ਹਾਕਮ ਬੈਠਾ ਸੀ ਮੁਸਲਮਾਨ ਤੇ ਗੁਰੂ ਨਾਨਕ ਦੇ ਦਰ ਨੇ ਉਹਨਾਂ ਕਸ਼ਮੀਰੀਆਂ ਦੀ ਬਾਂਹ ਪਕੜੀ ਅੱਜ ਫਿਰ ਕਸ਼ਮੀਰੀਆਂ ਤੇ ਕਸ਼ਟ ਆਇਆ ਅੱਜ ਫਿਰ ਕਸ਼ਮੀਰੀ ਮੁਸਲਮਾਨਾਂ ਤੇ ਕਸ਼ਟ ਆਇਆ ਅੱਜ ਹਾਕਮ ਹਿੰਦੂ ਬੈਠਾ ਹੋਇਆ ਤੇ ਗੁਰੂ ਨਾਨਕ ਦਾ ਦਰ ਉਹੀ ਹੈ ਫਿਰ ਉਹਨਾਂ ਦਾਰਾ ਇਸ ਵਾਲੀਆਂ ਦੀ ਬਾਂਹ ਫੜ ਰਿਹਾ ਹੈ ਉਹਨਾਂ ਦਾਰਾ ਇਸ ਵਾਲੀਆਂ ਦੀ ਬਾਂਹ ਫੜ ਰਿਹਾ ਔਰ ਅੱਜ ਉਹ ਕਸ਼ਮੀਰੀ ਲੋਕ ਇਹ ਸਪੀਚ ਕਰਦੇ ਨੇ ਜਿੱਥੇ ਗੁਰੂ ਕੇ ਸਿੱਖਾਂ ਦੇ ਪੈਰ ਨੇ ਨਾ ਸਪੀਚ ਸੁਣਿਓ ਯੂਟਿਊਬ ਤੇ ਕਹਿੰਦੇ ਨੇ ਜਿੱਥੇ ਗੁਰੂ ਨਾਨਕ ਦੇ ਸਿੱਖ ਪੈਰ ਤਰਨਗੇ ਆ ਕੇ ਅਸੀਂ ਉਹਨਾਂ ਪੈਰਾਂ ਥੱਲੇ ਆਪਣੇ ਸਿਰ ਰੱਖਾਂਗੇ ਗੁਰੂ ਕੇ ਸਿੱਖਾਂ ਨੇ ਅੱਜ ਸਾਡਿਆਂ ਨੌਜਵਾਨਾਂ ਦੀ ਇੱਜ਼ਤ ਪਚਾਈ ਹੈ ਬਈ ਸਾਡਾ ਸਾਥ ਦਿੱਤਾ ਗੁਰੂ ਕਾ ਸਿੱਖ ਹੈ ਹੀ ਪਰਉਪਕਾਰੀ ਪਿਆਰ ਵਾਲੇ ਇਹ ਗੁਰੂ ਨਾਨਕ ਦਾ ਦਰ ਹੈ ਦੋਖਣ ਦੇਖਤ ਹੈ ਪਰ ਦੇਤ ਨਾ ਜੇ ਕੋਈ ਗੁਨਾਹ ਔਗਣ ਕਰਦਾ ਵੀ ਹੈ ਨਾ ਤੇ ਸਭ ਤੋਂ ਵੱਡਾ ਉਹੀ ਹੈ ਜਿਹੜਾ ਕਿਸੇ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰਕੇ ਫਿਰ ਵੀ ਉਹਨੂੰ ਆਪਣੇ ਗਲ ਨਾਲ ਲਾਉਣਾ ਤੋ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕਦੀ ਕਿਸੇ ਦਾ ਮਾੜਾ ਨਾ ਮੰਗਿਓ ਕਦੀ ਮਾੜਾ ਨਾ ਮੰਗਿਓ ਫੁਰਨੇ ਵਿੱਚ ਵੀ ਮਨ ਕਰਕੇ ਵੀ ਨਾ ਤਨ ਕਰਕੇ ਇਹ ਕਰਮ ਭੋਗ ਭੋਗਣਾ ਪੈਂਦਾ ਅੱਜ ਇਹ ਪ੍ਰਣ ਕਰਕੇ ਜਾਇਓ ਪਾਤਸ਼ਾਹ ਪਿੱਛੇ ਜੋ ਹੋ ਗਿਆ ਅੱਜ ਤੋਂ ਬਾਅਦ ਮੈਂ ਇਹਨਾਂ ਹੱਥਾਂ ਨਾਲ ਪੈਰਾਂ ਨਾਲ ਮਨ ਕਰਕੇ ਕਦੀ ਬੁਰਾ ਨਹੀਂ ਕਰਾਂਗਾ ਜੇ ਬੁਰਾ ਹੀ ਨਹੀਂ ਕਰਾਂਗੇ ਤੇ ਗੁਰੂ ਨਾਨਕ ਫਿਰ ਤੁਹਾਨੂੰ ਸੁੱਖ ਹੀ ਸੁੱਖ ਬਖਸ਼ੇਗਾ ਆਓ ਹੁਣ ਇੱਕ ਸ਼ਬਦ ਪੜ੍ਹ ਕੇ ਇਹ ਪੜ੍ਹ ਕੇ ਫਿਰ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਜੋ ਵੀਰ ਜੀ ਵੱਲੋਂ ਹੁਕਮ ਹੋਇਆ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁੱਖੜਾ ਨਾ ਮੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਆਓ ਸਾਰੇ ਮਿਲ ਕੇ ਗਾਇਓ ਇੱਕ ਵਾਰੀ ਕੋਈ ਵੀ ਮਾਈ ਭਾਈ ਵਾਂਝਾ ਨਾ ਰਹੇ ਹੁਣ ਸਮਾਪਤੀ ਹੈ ਨਾਲ ਹੀ ਆਪਾਂ ਜੈ ਜੈਕਾਰ ਦੀ ਜੋ ਹਰ ਵਾਰ ਆਪਾਂ ਪੜ੍ਹਦੇ ਹੁੰਦੇ ਹਾਂ ਸਤਿਗੁਰਾਂ ਜੀ ਦੀ ਜੈ ਜੈਕਾਰ ਕਰਨੀ ਹੈ ਹੁਣ ਸਾਰੇ ਝੋਲੀ ਬਣਾ ਕੇ ਪਹਿਲਾਂ ਵੀ ਬੇਨਤੀ ਕੀਤੀ ਹੈ ਨਾ ਉਹੀ ਗੁਰੂ ਨਾਨਕ ਬੈਠੇ ਨੇ ਜਿਹਨੇ ਧੰਨੇ ਦੇ ਕਾਰਜ ਕੀਤੇ ਸਨ ਇਹ ਉਹੀ ਗੁਰੂ ਰਾਮਦਾਸ ਪਾਤਸ਼ਾਹ ਬੈਠੇ ਨੇ ਇਹ ਉਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਨੇ ਜਿਨ੍ਹਾਂ ਨੂੰ ਬਚਨ ਹੋਇਆ ਸੀ ਨਾ ਪਹਿਲਾਂ ਨਹੀਂ ਮਾਰਜ ਲਿਖਿਆ ਤੇ ਹੁਣ ਹੀ ਲਿਖਦੇ ਹੋ ਹੁਣ ਵੀਜ਼ਾ ਚਾਹੀਦਾ ਪੁੱਤ ਚਾਹੀਦਾ ਨਾਮ ਚਾਹੀਦਾ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਣਾ ਕੀ ਸੇਵਾ ਲੱਗ ਐ ਸਾਧੂ ਦੀ ਐਸ ਗੁਰੂ ਦੀ ਸੇਵਾ ਲੱਗ ਜਾ ਜੇ ਚਾਰ ਪਦਾਰਥ ਲੈਣੇ ਨੇ ਆਓ ਮਿਲ ਕੇ ਪੜ੍ਹੀਏ ਸਾਰੇ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁੱਖ
ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜਿਹਦੇ ਮਨ ਵਿੱਚ ਪਰਮਾਤਮਾ ਵਸ ਦਿੰਦਾ ਹੈ ਵਸ ਜਾਂਦਾ ਹੈ ਉਹਦੀ ਫਿਰ ਉਪਮਾ ਸੰਸਾਰ ਕਰਦਾ ਹੈ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਬੋਲਿਆ ਕਰੋ ਤਿਨ ਹਰ ਜਿਨ੍ਹਾਂ ਕੀਤੀ ਹੈ ਕਮਾਈ ਤੇਰੇ ਨਾਮ ਦੀ ਉਹਨਾਂ ਨੂੰ ਸਾਰਾ ਜੱਗ ਪੂਜਦਾ ਹੈ ਇਸ ਗੱਲ ਤੇ ਮੋਹਰ ਲਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੈ ਜੈਕਾਰ ਕਰੇ ਸਭ ਕੋਈ 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 ਹਰ ਮਨ ਤਨ ਵਸਿਆ ਸੋਈ 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 ਜੈ ਜੈਕਾਰ ਕਰੇ ਸਭ ਕੋਈ 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 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ 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 ਸਭ ਦੇਵ ਤੇ ਫੁੱਲ ਵਰਸਾਉਂਦੇ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਗੁਰੂ
ਵਰਸਾਉਂਦੇ ਸੰਗਤ ਤਿੰਨੇ ਲੋਕ ਤੇਰਾ ਜਸ ਗਾਉਂਦੇ ਜੀ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਸਭ ਦੇਵ ਤੇ ਬੁੱਲ ਵਰਸਾਉਂਦੇ ਤਿੰਨੇ ਲੋਕ ਤੇਰਾ ਜਸ ਗਾਉਂਦੇ ਗੁਰੂ ਨਾਨਕ ਦੇਵ ਤੇਰੀ ਜੈ ਹੋਵੇ ਗੁਰੂ ਨਾਨਕ ਦੇਵ ਤੇਰੀ ਜੈ ਸਤਿ ਸ਼੍ਰੀ ਅਕਾਲ।
गुरु साहब जी कृपा करन, इतनी हाजरी प्रवान करियो जी। सारिया ही संगतां दा बहुत बहुत धन्यवाद। कुटान कोटवार धन्यवाद। धन धन श्री गुरु ग्रंथ साहब सच्चे पातशाह जी का, महापुरखों का धन्यवाद। और विशेष धन्यवाद है मेरे वीर भाई मधुसूदन सिंह जी का, जिन्हें हुक्म ला के तुहाडे संगतां दे दर्शन कराए। मन्नू प्रोडक्शन की सारी ही टीम का बहुत बहुत धन्यवाद है जो इस सारे समागमों की रिकॉर्डिंग कर रहे हैं। बहुत सारे समागमों की ये टीम सारी रिकॉर्डिंग भी करते हैं और लाइव भी। मन्नू प्रोडक्ट्स के नाम तो यूट्यूब पर इन्हों का चैनल है। तो सारिया संगतां इस बच्चे के नाम की भी अरदास करो, महाराज इहदे कारोबारां नूं होर चढ़दी कला की दात बख्शिश करन। और बहुत बहुत धन्यवाद बलविंदर साउंड सर्विस जलमाने वालियां दा, जिन्हां साउंड की सेवा की। सारिया संगतां दा धन्यवाद है जिन्हां जोड़ियां की सेवा, लंगर बनाउण की, वरतान की सेवा की है। हुण अगले समागम जो हैं वो तुहानू संगतां नूं दस दिते जाणगे। शायद होलियां दे नेड़े एक समागम होर होएगा, उस तों बाद जो सलाना समागम हुंदे हन। संगत जी, गुरु ग्रंथ साहिब जी महाराज सोडी पातशाह दे कारज हन, बैठा सोडी पातशाह रामदास सतगुरु आप महाराज जी मेहर करके सरबत कारज आप संगत विच वस के करा लैन। सारिया संगतां दा धन्नवाद। आओ हुण आनंद साहिब जी दी बाणी पढ़ी। राम कली महला तीजा, आनंद इको ओंकार सतगुर प्रसाद। आनंद पया मेरी माए सतगुरु मैं पाया, पाया सहज सिद्धि मन वधिया वधाइया। राम रतन परिवार परियां शब्द गावनियां, शब्दों गावो हरि के राम जिनी वसाया। कह नानक आनंद हुआ सतगुरु मैं पाया, हे मन मेरे तू सदा रहो हर नाले। हर नाल रो तू मन मेरे दुख सब विसारना, नानक मन मेरे सदा रहो हर नाले। साचे साहिबा क्या नहीं कर तेरा, करता तेरे सब जै जिसते सो पावे। सदा सिफत सलाह तेरी नाम मन वसावे, नाम जिनकै मन वसिया वाजे शब्द कनेरे। नानक सच्चे साहिब क्या नहीं कर तेरा, साचा नाम मेरा आधार, साच नाम आधार मेरा जिन भुखा सब ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ। ਮੈਂ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਜ ਸ਼ਬਦ ਭਰਸ ਭਾਗੇ, ਭਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਪੰਜ ਦੂਤ ਦਵਸ ਕੀਤੇ ਕਾਲ ਕੁੰਟਕ ਮਾਰਿਆ, ਹੁਣ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਸਗਲ ਸਮੱਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋ ਏਸੋ।
तुमरी गात में तो तुम ही जानी नानक दास सदा कुर आगे अरदास हमारी जियो पिंड सब कहो नानक सब तेरी वड्याई कोई नाओ न जाने मेरा वाहे गुरु कहो नानक सब तेरी वड्या नाओ न जाने बोलना जी सतनाम श्री वाहिगुरु तिने ताप निवारण हारा दुखंता सुकरास ताको बिघन को लागै जांकी प्रभाग अरदास इको अंकार श्री वाहिगुरु जी की फतेह पातशाह दसवीं पौड़ी प्रथम भगौती सिमर कै गुरु नानक लई त्याए फिर अंगत गुर ते अमरदास रामदास जी सहाय अर्जन हर गोबिंदनो सिमरो श्री हर राय श्री हर कृष्ण दिहाई जे डिठे सब दुख जाए गुरु तेग बहादुर सिमरिया कर नौन दिया वै धाए दसवें पातशाह धन धन गुरु गोबिंद सिंह महाराज जीओ सब तई हुए सहाए दसा पातशाह की जोता आदि श्री गुरु ग्रंथ साहिब जी के पाठ दर्शन का ध्यान धर के सा संगत बोलो जे आप जी दे पंज प्यारे चार साहबजादे चाली मुक्ते हड्डियां जपियां तपियां पंजां तख्तां सरबत गुरद्वारियां गुरु तीर्थां गुरु निशानों की कमाई का ध्यान धर के सा संगत बोलो जी जिन्हां सिंघां सिंघणियां धर्म हेत सी दिते बंद बंद कटाए खोपरियां लुहाइयां चरकड़ियां ते चढ़े तनहारियां नाल चराए गए सिक्की सदा केसा स्वासा संग निभाया तेरे भाणे नूं मिठा करके मन्या तिन्ना सिंघां सिंघणियां पुझंगियों की कमाई का ध्यान धर के सा संगत बोलो जी प्रथमै सरबत खालसा जी की अरदास है जी सरबत खालसा जी को वाहेगुरु 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 चित्यावै चित्यावन का सदका सर्ब सुख होए जहां जहां खालसा जी साहेब तहां तहां रच्छा रै देख तेग फतेह बिरद की पैज पंथ की जीत श्री साहेब जी सहाय गुरु खालसे जी के बोल बाले खालसा साहेब बोलो जी आप जी दे सिखां दा मन नीवा मत उची मत पतकार राखा आप अकाल पुरख वाहिगुरु सिखां नूं सिखी दान केस दान रहत दान बबेक दान वसाहो दान भरोसा दान दाना सरदान नाम दान श्री अमृत सर साहिब जी के दर्शन इशनान चौंकियां झंडे बुंगे जुगो जुगे अटाला धर्म का जयकारा खालसा साहिब बोलो जी हे निमाणियो के मान ताणियो के तानी उट्टियो की ओड़ धन धन गुरु नानक देव महाराज जीओ धन धन गुरु गोबिंद सिंह महाराज जीओ धन धन साहब श्री गुरु ग्रंथ साहिब महाराज जीओ जिन्ह सास ग्रासन विसरै हरनामा मन मंता धन से सही नानका पूर्ण सोई संत धन धन बाबा वडभाग सिंह जी महाराज जीओ आप जी दे हजूर अरदास बेनती है आप जी दे घर दे गुरसेवका सत्कार योग भाई साहब भाई भुपिंदर सिंह जी उन्हां दी फुलवाड़ी काका भगवंत सिंह ते काका पुष्पिंदर सिंह जो कि अपने बच्चे गुरतेज सिंह दे बाहर जान वास्ते अरदास बेनती कीती सी आप जी ने महाराज जी अरदास अपने दर ते मंजूर कीती आप जी का कोटन कोटन धनवाद करते हुए गुरमुख परिवार वालों धन धन बाबा वडभाग सिंह जी आप जी दे डेरे विखे परसों रोज तो तुरकी बाणी आई तिन सगली चिंत मिटाई जी दे श्री खंड पाठ साहब आरंभ सन अमृत वेले भोग पाए गए भोगों तो उपरांत खुले पंडाल सजाए गए जिस आरती अकथा कीर्तन विचार हुए हैं बाणी पढ़द्या सुनद्या हुई भुला चुकों की माफी बख्शनी अगों वास्ते शुद्ध स्पष्ट बाणी पढ़न सुन सेवा करन दा बल बख्शना आप जी दे हजूर पंचम कड़ा प्रसाद देग हाजर है दर प्रवान होवे दर प्रवान होया प्रसाद सा समझ वरतौन दी आग्या बख्शिश करनी ददा दाता एक है सबको देवनहार दिंदे टुट न आवई अगंत भरे भंडार लंगर पाके आप जी दर ते पहुंचा है दर प्रवान होवे
ਦਰ ਪ੍ਰਵਾਨ ਹੋਇਆ ਲੰਗਰ ਸਾਸ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਤਿਲ ਫੁੱਲ ਭੇਟਾ ਦਰ 'ਤੇ ਮਨਜ਼ੂਰ ਕਰਨੀ ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ ਬਾਬਾ ਜੀ ਅਸ਼ੋਕ ਕੁਮਾਰ ਨੂੰ ਦੇ ਅਰੋਗਤਾ ਲੰਬੀ ਆਯੂ ਬਖਸ਼ਿਸ਼ ਕਰਨੀ ਤਾਂ ਕਿ ਇਸੇ ਤਰ੍ਹਾਂ ਸਾਹ ਸੰਗਤ ਨੂੰ ਨਾਂ ਬਾਣੀ ਨਾਲ ਜੋੜਦੇ ਰਹਿਣ ਡੇਰੇ ਦੇ ਰਹਿਣ ਦੇ ਹੋਏ ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸੰਪੂਰਨ ਕਰਾਉਣੇ ਡੇਰੇ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਵੱਲੋਂ ਸੇਵਕਾਂ ਦੀ ਸੇਵਾ ਆਪਣੇ ਥਾਏ ਪਾਣੀ ਕਿਰਪਾ ਕਰੋ ਮਹਾਰਾਜ ਜੀ ਉਸ ਸੰਪੂਰਨ ਸਮਾਪਤੀ ਦੇ ਪਵਿੱਤਰ ਹੁਕਮਨਾਮੇ ਬਖਸ਼ ਕੇ ਆਈ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਚਿਤ ਆਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਖ ਹੋਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਪੰਚਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵੱਥ ਸੋਈ ਪ੍ਰਭ ਜਾਣੈ ਜਿਸਨੂੰ ਦੇ ਸੋ ਪਾਏ ਵਸਤ ਅਨੂਪ ਅਤਿ ਅਗਮ ਅਗੋਚਰ ਗੁਰਪੂਰਾ ਲਖ ਲਖਾਏ ਜਿਨੇ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੇ ਨਾਹੀਂ ਜੇ ਕੋ ਰੱਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰੈ ਸੋ ਪਾਏ ਜਨ ਨਾਨਕ ਅਵਰ ਨਾ ਕੋਈ
सब किछ तेरा तू अंतर जामी तू सबना का प्रभ सोई जिसनों दात कर है सो पाए जन नानक अवर ना कोई। वाहे गुरु जी का खालसा वाहे गुरु जी की फतेह।